ਅੱਜ ਵਿਸ਼ੇਸ਼ ਕਰਕੇ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚੀਆਂ, ਜਿਸ ਦੇ ਵਿੱਚ ਸਰਦਾਰ ਭਗਵੰਤ ਸਿੰਘ ਜੀ ਸਿਆਲਕਾ ਐਗਜੈਕਟਿਵ ਮੈਂਬਰ ਸ਼੍ਰੋਮਣੀ ਕਮੇਟੀ, ਸਰਦਾਰ ਸੁਖਵਿੰਦਰ ਸਿੰਘ ਜੀ ਅਗਵਾਨ, ਭੁਪਿੰਦਰ ਸਿੰਘ ਜੀ ਸਰਪੰਚ, ਵੱਡੀ ਗਿਣਤੀ ਸੰਗਤਾਂ ਪਹੁੰਚੀਆਂ ਨੇ। ਇੱਥੋਂ ਸੰਗਤਾਂ ਦਰਸ਼ਨ ਕਰ ਰਹੀਆਂ ਨੇ। ਹਰ ਇੱਕ ਸਿੱਖ ਦੀ ਮੰਗ ਹੈ ਕਿ ਸਤਿਗੁਰੂਆਂ ਦੇ ਚਰਨਾਂ ਵਿੱਚ ਜਾ ਕੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਵੇ। ਬਹੁਤ ਲੰਬੇ ਸਮੇਂ ਤੋਂ ਸੰਗਤਾਂ ਦੀ ਮੰਗ ਹੈ। ਹਰ ਸਿੱਖ ਸੁਬਾ ਸ਼ਾਮ ਅਰਦਾਸ ਵਿੱਚ ਵੀ ਇਹ ਬੇਨਤੀ ਕਰਦਾ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਰਹਿ ਗਏ ਸਿੱਖਾਂ ਦੇ ਗੁਰਦੁਆਰੇ ਨੇ ਖੁੱਲ੍ਹੇ ਦਰਸ਼ਨ ਦੀਦਾਰ ਪ੍ਰਾਪਤ ਹੋਣ, ਪਰ ਅਜੇ ਤੱਕ ਇਹਦੇ ਵਿੱਚ ਕੋਈ ਸਫਲਤਾ ਹਾਸਲ ਨਹੀਂ ਹੋਈ। ਹੁਣ ਇਹ ਸਮਾਂ ਹੈ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦਾ। ਜੋ ਮੁਸਲਮਾਨ ਭਰਾ ਮਨਾਉਂਦੇ ਨੇ, ਹਿੰਦੂ ਮਨਾਉਂਦੇ ਨੇ, ਸਿੱਖ ਮਨਾਉਂਦੇ ਨੇ, ਇਸ ਕਰਕੇ ਜੇ ਪਾਕਿਸਤਾਨ ਦੀ ਸਰਕਾਰ ਨੇ ਆਮ ਪੱਖੀ ਹੁੰਗਾਰਾ ਦਿੱਤਾ ਹੈ, ਅਤੇ ਸਾਡੀਆਂ ਜਿਹੜੀਆਂ ਸਰਕਾਰਾਂ ਨੇ, ਜਿਨ੍ਹਾਂ ਸਰਕਾਰਾਂ ਦੇ ਬਣਾਉਣ ਵਾਸਤੇ 87% ਅਸੀਂ ਕੁਰਬਾਨੀਆਂ ਕੀਤੀਆਂ ਨੇ, ਉਹ ਸਾਡੇ ਪਾਵਨ ਪਵਿੱਤਰ ਜੋ ਇਤਿਹਾਸਕ ਸਥਾਨ ਨੇ, ਖਾਸ ਕਰਕੇ ਜੋ ਕਰਤਾਰਪੁਰ ਸਾਹਿਬ ਦੇ ਵਿੱਚ ਹੈ, ਜਿਹਦੇ ਬਹੁਤ ਘੱਟ ਦਰਸ਼ਨ ਦੀਦਾਰ ਹੁੰਦੇ ਨੇ, ਨਾਰਨੌਲ ਸਟੇਟ ਦੇ ਵਿੱਚ ਪੈ ਜਾਂਦਾ ਹੈ, ਇਹਦੇ ਖਾਸ ਕਰਕੇ ਵਿਜੇ ਵਿੱਚ ਜ਼ਿਕਰ ਕੀਤਾ ਜਾਵੇ। ਔਰ ਜ਼ਿਆਦਾ ਨਹੀਂ ਤਾਂ ਇੱਕ ਸਾਲ ਵਾਸਤੇ ਇਹਦਾ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਵਾਸਤਾ ਪ੍ਰਬੰਧ ਕੀਤਾ ਜਾਵੇ। ਸੈਂਟਰ ਸਰਕਾਰ, ਪੰਜਾਬ ਸਰਕਾਰ ਇਸ ਨੂੰ ਬੁਲੰਦ ਆਵਾਜ਼ ਦੇ ਵਿੱਚ ਮੰਗ ਉਠਾਵੇ ਔਰ ਸਰਕਾਰਾਂ ਨਾਲ ਮਿਲ ਕੇ ਇਸ ਦਾ ਹੱਲ ਕੱਢਿਆ ਜਾਵੇ, ਕਿਉਂਕਿ ਹਿੰਦੂ ਤੀਰਥਾਂ ਦੇ ਵਾਸਤੇ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਨੇ, ਮੁਸਲਮਾਨ ਭਰਾਵਾਂ ਦੇ ਤੀਰਥਾਂ ਵਾਸਤੇ ਉਪਰਾਲੇ ਕੀਤੇ ਜਾਂਦੇ ਨੇ, ਮਾਨ ਸਰੋਵਰ ਹੈ, ਕਟਾਸ ਰਾਜ ਹੈ, ਉਹਨਾਂ ਵਾਸਤੇ ਵਿਸ਼ੇਸ਼ ਇਹ ਸਰਕਾਰਾਂ ਉਪਰਾਲੇ ਕਰਦੀਆਂ ਨੇ, ਇਹਦੇ ਵਾਸਤੇ ਵੀ ਉਪਰਾਲਾ ਕਰਨਾ ਬਹੁਤ ਜ਼ਰੂਰੀ ਹੈ। ਨਹੀਂ ਦੇਖੋ, ਇਹ ਤਾਂ ਦੋਨਾਂ ਪਾਸਿਆਂ ਤੋਂ ਹੱਥ ਵਧਾਵਾਂਗੇ ਅਤੇ ਉਹ ਹੱਥ ਜੁੜ ਜਾਣਗੇ, ਜੇ ਉਹਨਾਂ ਨੂੰ ਦੂਰ ਕਰਾਂਗੇ ਤਾਂ ਉਹ ਦੂਰ ਹੁੰਦੇ ਜਾਣਗੇ। ਇਸ ਕਰਕੇ ਸਾਨੂੰ ਦੋਨਾਂ ਧਿਰਾਂ, ਦੋਨਾਂ ਸਰਕਾਰਾਂ ਨੂੰ ਬੈਠ ਕੇ ਇਹਦਾ ਹੱਲ ਚਾਹੁੰਦੇ ਨੇ। ਪਾਕਿਸਤਾਨ ਵੀ ਅਮਨ ਸ਼ਾਂਤੀ ਚਾਹੁੰਦਾ, ਅਸੀਂ ਵੀ ਅਮਨ ਸ਼ਾਂਤੀ ਚਾਹੁੰਦੇ ਹਾਂ। ਅੱਗੇ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ, ਇਸ ਕਰਕੇ ਇਹਦੇ ਵਾਸਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਔਰ ਜੋ ਬਾਰਡਰਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ, ਉਹ ਨਹੀਂ ਵਾਪਰਨੀਆਂ ਚਾਹੀਦੀਆਂ। ਬਹੁਤ ਸੋਹਣਾ ਮੈਸੇਜ ਆਊ, ਬਹੁਤ ਵਧੀਆ ਮੈਸੇਜ ਆਊਗਾ, ਕਿਉਂਕਿ ਧਰਮ ਹਮੇਸ਼ਾ ਮਨੁੱਖਤਾ ਨੂੰ ਜੋੜਦਾ ਹੈ ਅਤੇ ਗੁਰੂ ਨਾਨਕ ਸਾਹਿਬ ਜੀ ਤਾਂ ਸਾਰਿਆਂ ਦੇ ਸਾਂਝੇ ਹੀ ਨੇ। ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ ਹੈ ਸਤਿਗੁਰੂ ਨਾਨਕ ਪਾਤਸ਼ਾਹ ਜੀ। ਉਹਨਾਂ ਦੀ ਜਗ੍ਹਾ ਵੀ ਬਣੀ ਹੋਈ ਹੈ ਉੱਥੇ, ਮੁਸਲਮਾਨ ਵੀਰਾਂ ਦੀ ਬਣੀ ਹੋਈ ਹੈ, ਹਿੰਦੂਆਂ ਦੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਸਤਿਗੁਰਾਂ ਨੇ, ਅਤੇ ਉਹ ਸਾਰਾ ਕੌਤਕ ਕਰਕੇ ਸਾਨੂੰ ਜੋੜਿਆ। ਨਹੀਂ ਵੇਖੋ, ਇਹ ਉਹਨਾਂ ਸਿਆਸੀ ਪਾਰਟੀਆਂ ਦੇ ਆਪਣੇ ਆਪਣੇ ਬਿਆਨ ਨੇ, ਜੋ ਧਰਮ ਹੈ ਹਮੇਸ਼ਾ ਸਿਆਸਤ ਤੋਂ ਉੱਪਰ ਹੈ ਅਤੇ ਧਰਮ ਦੇ ਵਿੱਚ ਕਿਸੇ ਸਿਆਸੀ ਨੂੰ ਦਖਲ ਨਹੀਂ ਦੇਣਾ ਚਾਹੀਦਾ। ਨਹੀਂ, ਉਹ ਰੈਲੀਆਂ ਦੇ ਵਿੱਚ ਬਹੁਤ ਕੁਝ ਕਹਿੰਦੇ ਸੁਣਦੇ ਨੇ, ਉਹਨਾਂ ਦੇ ਹੁੰਦਾ ਆਪਸ ਵਿੱਚ ਦੀ ਪ੍ਰੋਤ, ਕਿਸੇ ਤਖ਼ਤ ਨੇ ਮਨਾ ਨਹੀਂ ਕੀਤਾ, ਸਾਰੇ ਤਖ਼ਤ ਮੇਰੇ ਨਾਲ ਨੇ। ਅੱਜ ਉਹਨਾਂ ਦਾ ਬਿਆਨਾਂ ਦਾ ਖੰਡਨ ਵੀ ਆ ਚੁੱਕਿਆ, ਉਹ ਥੋੜ੍ਹਾ ਜਿਹਾ ਮੀਡੀਆ ਵਿੱਚ ਆਉਣ ਕਰਕੇ ਜਾਂ ਵੱਧ ਘੱਟ ਕਿਤੇ ਮੇਰੇ ਲਿਖਿਆ ਜਾਂਦਾ, ਕੋਈ ਐਸੀ ਗੱਲ ਨਹੀਂ ਹੈਗੀ।